ਕਹਿ ਕੇ ਜਾਂਦਾ ਜਾਂ ਸਮਥਿੰਗ ਕਹਿ ਕੇ ਜਾਂਦਾ, ਰਾਈਟ? ਅਤੇ ਇਹ ਪਿਛਲੇ 13-14 ਸਾਲਾਂ ਤੋਂ ਆਪਣੀ ਕਮਿਊਨਿਟੀ ਐਕਸਪੀਰੀਅੰਸ ਕਰ ਰਹੀ ਹੈ, ਅਤੇ ਇਹਦੇ ਬਾਰੇ ਆਪਾਂ ਸਾਰਿਆਂ ਨੇ ਕੋਸ਼ਿਸ਼ ਵੀ ਕੀਤੀ ਹੈ। ਗੁਰਦੁਆਰਾ ਸਾਹਿਬ 'ਚ ਅਸੀਂ ਕਾਂਗਰਸਮੈਨ ਨੂੰ ਲੈ ਕੇ ਆਉਣਾ, ਸੈਨੇਟਰ ਨੂੰ ਲੈ ਕੇ ਆਉਣਾ, ਮੀਡੀਆ ਨੂੰ ਵੀ ਕਦੀ ਲੈ ਕੇ ਆਉਂਦੇ ਹਾਂ, ਪਰ ਇਹਦਾ ਕੋਈ ਸਮਾਧਾਨ ਹਾਲੇ ਤੱਕ ਵੀ ਜਿਹੜੀ ਕੋਈ ਨਜ਼ਰ ਨਹੀਂ ਆ ਰਿਹਾ। ਇਨਫੈਕਟ ਜੋ ਆਈਸਿਸ ਵੱਲੋਂ ਇਰਾਕ ਦੇ ਵਿੱਚ ਅਤੇ ਸੀਰੀਆ ਦੇ ਵਿੱਚ ਕੀਤਾ ਜਾ ਰਿਹਾ, ਗਲੇ ਵੱਢ ਕੇ ਅਤੇ ਟੀਵੀ ਦੇ ਉੱਤੇ ਵੀਡੀਓ ਰਿਲੀਜ਼ ਕੀਤੀ ਜਾਂਦੀ ਹੈ, ਉਹਦਾ ਇੰਪੈਕਟ ਸਾਡੇ ਸਾਰਿਆਂ 'ਤੇ ਪੈਣਾ। ਅਤੇ ਹਰ ਸਿੱਖ ਇਸ ਵੇਲੇ ਇੱਕ ਟਾਰਗੇਟ ਹੈ ਕਿ ਕਦੇ ਵੀ ਕਿਸੇ ਦੇ ਉੱਤੇ ਅਟੈਕ ਹੋ ਸਕਦਾ, ਅਤੇ ਪਿਛਲੇ 2 ਮਹੀਨੇ ਹੋਏ, ਨਿਊਯਾਰਕ 'ਚ ਵੀ ਹੋਇਆ ਸੀ। ਸੋ ਇਹਦਾ ਇਲਾਜ ਕੀ ਹੈ ਸਾਡੇ ਕੋਲ? ਆਰ ਵੀ ਗੋਇੰਗ ਟੂ ਬੀ ਆਲਵੇਜ਼ ਗੋਇੰਗ ਟੂ ਬੀ ਦ ਵਿਕਟਿਮਸ ਕਿ ਜੀ ਸਾਡੇ ਨਾਲ ਧੱਕਾ ਹੋ ਰਿਹਾ ਜੀ? ਅਸੀਂ ਤਾਂ 14 ਸਾਲਾਂ ਤੋਂ ਕਰਦੇ ਆ ਰਹੇ ਹਾਂ, ਪਹਿਲਾਂ 84 ਤੋਂ ਸ਼ੁਰੂ ਕੀਤਾ ਕਿ ਸਾਨੂੰ ਜੀ ਮਾਰਦੇ ਨੇ, ਸਾਨੂੰ ਕੁੱਟਦੇ ਨੇ। ਸੋ ਹਰ ਵੇਲੇ ਅਸੀਂ ਇੱਕ ਵਿਚਾਰਗੀ ਦੀ ਸਿਚੁਏਸ਼ਨ ਦੇ ਵਿੱਚ ਹਮੇਸ਼ਾ ਫਸੇ ਰਹਿੰਦੇ ਹਾਂ। ਹਮੇਸ਼ਾ ਲੋਕ ਸਾਨੂੰ ਇੱਕ ਵਿਚਾਰਾ ਸਮਝ ਕੇ ਸਾਡੇ ਨਾਲ ਸਿੰਪਤੀ ਕਰਦੇ ਨੇ, ਸਾਡੇ ਨਾਲ ਸਹਾਨੁਭੂਤੀ ਕਰਦੇ, ਉਹ ਤੁਹਾਡੇ ਨਾਲ ਜੀ ਬੜਾ ਵੀ ਆਰ ਵੈਰੀ ਸੋਰੀ ਕਿ ਤੁਹਾਡੇ ਨਾਲ ਅਟੈਕ ਹੁੰਦਾ, ਤੁਹਾਡੇ 'ਤੇ ਆਹ ਹੁੰਦਾ, ਤਾਂ ਅਸੀਂ ਸਾਨੂੰ ਲੱਗਦਾ ਹਾਂਜੀ ਵੀ ਸਾਡੇ ਨਾਲ ਬੰਦਾ ਖੜਾ। ਪਰ ਕੀ ਗੁਰੂ ਸਾਹਿਬ ਨੇ ਇੱਦਾਂ ਦੀ ਸਾਨੂੰ ਕੌਮ ਬਣਨ ਨੂੰ ਕਿਹਾ ਸੀਗਾ ਕਿ ਅਸੀਂ ਹਮੇਸ਼ਾ ਵਿਚਾਰਗੀ ਦੇ ਵਿੱਚ ਰਹੀਏ ਅਤੇ ਸਾਨੂੰ ਲੋਕਾਂ ਦੀ ਸਿੰਪਤੀ ਦੀ ਲੋੜ ਪਵੇ, ਸਾਨੂੰ ਆ ਕੇ ਪਿੱਛੋਂ ਕਹੇ ਬੰਦਾ ਯਾਰ ਤੁਹਾਡੇ ਨਾਲ ਬੜਾ ਧੱਕਾ ਹੋ ਰਿਹਾ, ਵੀ ਫੀਲ ਸੋਰੀ। ਆਈ ਥਿੰਕ ਸਾਨੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਦੁਨੀਆਂ ਦੇ ਵਿੱਚ ਪੇਸ਼ ਕਰਨਾ ਇਹਦੇ ਬਾਰੇ ਬੜਾ ਸੋਹਣੇ ਆਪਣੇ ਬੜੇ ਡੂੰਘਾਈ ਦੇ ਵਿੱਚ ਸੋਚਣਾ ਦੀ ਲੋੜ ਹੈ ਕਿ ਆਰ ਵੀ ਡੂ ਵੀ ਵਾਂਟ ਅਵਰ ਕਿਡਸ ਟੂ ਆਲਸੋ, ਸਾਡੇ ਜਿਹੜੇ ਬੱਚੇ ਜਿਨ੍ਹਾਂ ਨੇ ਕੇਸ ਰੱਖੇ ਹੋਏ ਨੇ ਇਹਨਾਂ ਦਾ ਮਜ਼ਾਕ ਉਡਾਇਆ ਜਾਣਾ, ਇਹਨਾਂ ਵਿੱਚੋਂ ਕਈਆਂ ਨੇ ਕਹਿਣਾ ਕਿ ਮਾਮ ਔਰ ਡੈਡ ਆਈ ਵਾਂਟ ਟੂ ਟੇਕ ਆਫ ਮਾਈ ਟਰਬਨ, ਰਾਈਟ? ਆਰ ਵੀ ਆਰ ਐਕਸਪੀਰੀਅੰਸਿੰਗ ਦੈਟ। ਤੋ ਇਹਨਾਂ ਬੱਚਿਆਂ ਲਈ ਅਤੇ ਆਪਣੀਆਂ ਆਉਣ ਵਾਲੀ ਜਨਰੇਸ਼ਨਸ ਲਈ ਅਸੀਂ ਕਿਸ ਤਰ੍ਹਾਂ ਦਾ ਮਾਹੌਲ ਛੱਡ ਕੇ ਜਾਣਾ ਚਾਹੁੰਦੇ ਹਾਂ? ਇਹ ਗੁਰਦੁਆਰੇ, ਇਹ ਗੁਰੂ ਘਰ ਜਿੱਥੇ ਕਿਤੇ ਵੀ ਬਹੁਤ ਵਧੀਆ ਮਿਹਨਤ ਦੇ ਨਾਲ ਆਪਾਂ ਸਾਰਿਆਂ ਨੇ ਸਿਰਜੇ ਨੇ, ਪਰ ਜੇ ਇਹਨਾਂ ਬੱਚਿਆਂ ਨੇ ਇਹਨਾਂ ਨੂੰ ਨਾ ਸਾਰ ਸੰਭਾਲ ਕਰਨ ਲਈ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਰਾ ਕੁਝ ਅਸੀਂ ਇੱਥੇ ਛੱਡ ਜਾਣਾ ਅਗਲੇ 25-30 ਸਾਲਾਂ ਦੇ ਵਿੱਚ। ਵੀ ਵਿਲ ਆਲ ਬੀ ਗੋਨ, ਰਾਈਟ? ਸਮ ਆਫ ਅਸ ਵਿਲ ਬੀ ਹੇਅਰ, ਸਮ ਆਫ ਅਸ ਵਿਲ ਬੀ ਗੋਨ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਇੱਕ ਬੜੀ ਜ਼ੋਰਦਾਰ ਤਰੀਕੇ ਨਾਲ ਇਹਦੇ ਬਾਰੇ ਡੂੰਘਾਈ ਦੇ ਵਿੱਚ ਸੋਚ ਕੇ ਦੇਖੀਏ ਕਿ ਇਹਦਾ ਸਮਾਧਾਨ ਕੀ ਹੈ। ਅਤੇ ਸਮਾਧਾਨ ਅੱਜ ਦੇ ਯੁੱਗ ਦੇ ਵਿੱਚ ਹੋਰ ਕੋਈ ਨਹੀਂ ਹੈ। ਮੈਂ ਸਮਝਦਾ ਕਿ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਯੁੱਗ ਦੇ ਵਿੱਚ ਪੈਦਾ ਹੋਏ ਹੁੰਦੇ ਤਾਂ ਹੀ ਵਿਲ ਬੀ ਦ ਫਸਟ ਪਰਸਨ ਜਿਹੜੇ ਕਿ ਫੇਸਬੁੱਕ ਨੂੰ ਯੂਜ਼ ਕਰਨਗੇ। ਹੀ ਵਿਲ ਹੈਵ ਇਜ਼ ਫੇਸਬੁੱਕ ਅਕਾਊਂਟ ਐਂਡ ਹੀ ਵਿਲ ਸੈਂਡ ਫਰੈਂਡ ਰਿਕੁਐਸਟ ਟੂ ਹੰਡਰਡਸ ਐਂਡ ਮਿਲੀਅਨਸ ਆਫ ਪੀਪਲ ਆਲ ਅਕ੍ਰੋਸ ਦ ਵਰਲਡ। ਸੋ ਜਿਹੜਾ ਮੀਡੀਆ ਹੈ ਉਹ ਐਡਾ ਵੱਡਾ ਇੱਕ ਜ਼ਰੀਆ ਹੈ, ਇੱਕ ਇਹੋ ਜਿਹਾ ਟੂਲ ਹੈ ਜਿਹਨੂੰ ਕਿ ਹਰ ਬੰਦਾ ਯੂਜ਼ ਕਰ ਰਿਹਾ ਇਸ ਵੇਲੇ, ਪਰ ਸਿਵਾਏ ਸਿੱਖ ਕੌਮ ਦੇ। ਕਿਉਂਕਿ ਅਸੀਂ ਜਿਹੜਾ ਸਾਡਾ ਮੀਡੀਆ ਦੇ ਵਿੱਚ ਕੀ ਪਿਕਚਰ ਆਉਂਦੀ ਹੈ, ਪਿਛਲੇ 14 ਸਾਲਾਂ ਤੋਂ ਜਦੀ ਵੀ ਕਦੀ ਵੀ ਕੋਈ ਸਿੱਖਾਂ ਦੇ ਬਾਰੇ ਖਬਰ ਆਈ ਹੈ ਤਾਂ ਉਹਦੇ ਵਿੱਚ ਕੋਈ ਇੱਦਾਂ ਦੀ ਖਬਰ ਆਈ ਹੈ ਕਿ ਸਿੱਖਾਂ ਨੇ ਆਹ ਮਾਰਕਾ ਕਰ ਦਿੱਤਾ ਸਿੱਖਾਂ, ਉਹ ਛੋਟੀਆਂ ਖਬਰਾਂ ਹੁੰਦੀਆਂ। ਪਰ ਬਹੁਤੀਆਂ ਖਬਰਾਂ ਇੱਦਾਂ ਹੁੰਦੀਆਂ ਕਿ ਜੀ ਫਲਾਣੇ ਥਾਂ 'ਤੇ ਸਿੱਖ ਨੂੰ ਕੁੱਟਤਾ, ਫਲਾਣੇ ਥਾਂ 'ਤੇ ਸਿੱਖ ਦੀ ਲੱਗ ਪੱਗ ਲਾ ਤੀ, ਫਲਾਣੇ ਥਾਂ 'ਤੇ ਸਿੱਖ ਨੂੰ ਮਾਰ ਦਿੱਤਾ। ਸੋ ਐਵਰੀਥਿੰਗ ਵਾਟ ਇਜ਼ ਬੀਂਗ ਰਿਪੋਰਟਡ ਇਨ ਦ ਮੀਡੀਆ ਇਜ਼ ਨੈਗੇਟਿਵ। ਅਲਟੀਮੇਟਲੀ ਇਟ ਸ਼ੋਜ਼ ਕਿ ਵੀ ਆਰ ਅੰਡਰ ਅਟੈਕ। ਸੋ ਇਹਦਾ ਸਤਸੰਗਤ ਜੀ ਇਹ ਜ਼ਰੂਰੀ ਬਣ ਗਿਆ ਹੈ ਕਿ ਅਸੀਂ ਅਗਲੇ ਪਿਛਲੇ 14 ਸਾਲ ਜੋ ਕੁਛ ਹੰਡਾਇਆ ਹੈ ਅਗਲੇ 14 ਸਾਲ ਵੀ ਇਹੀ ਨਾ ਹੰਡਾਈਏ, ਅਤੇ ਉਸ ਤੋਂ ਬਾਅਦ 14 ਸਾਲ ਹੋਰ ਇੱਦਾਂ ਨਾ ਹੰਡਾਉਂਦੇ ਜਾਈਏ, ਅਤੇ ਕੁਛ ਬੈਠੇ ਵੇਟ ਕਰੀਏ ਕਿ ਕੋਈ ਆ ਕੇ ਉੱਤਰੋਂ, ਕੋਈ ਪ੍ਰੈਜ਼ੀਡੈਂਟ ਆ ਕੇ ਸਾਨੂੰ ਕੁਛ ਕਰੇਗਾ, ਅਤੇ ਕੋਈ ਗਵਰਨਮੈਂਟ ਅਫੀਸ਼ਲ ਕਰੇਗੀ, ਕੋਈ ਪੁਲਿਸ ਵਾਲੇ ਕਰਨਗੇ, ਜਾਂ ਪ੍ਰਕਾਸ਼ ਸਿੰਘ ਬਾਦਲ ਕਰੂਗਾ, ਜਾਂ ਮੋਦੀ ਸਾਹਿਬ ਕਰਨਗੇ। ਇਟਸ ਨੋਟ ਗੋਇੰ ਟੂ ਹੈਪਨ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ।
ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧਾ ਸਾਨੂੰ ਕਿਹਾ ਕਿ ਜੇ ਤੁਸੀਂ ਆਪਣਾ ਸਲੂਸ਼ਨ ਆਪ ਲੱਭਿਆ ਸੀ ਤੇ ਇਸ ਵੇਲੇ ਸਾਡੇ ਕੋਲ ਰਿਸੋਰਸਿਸ ਹੈਗੇ ਨੇ, ਇਸ ਵੇਲੇ ਜਿਹੜੀ ਸਟੈਟਿਸਟਿਕਸ ਆਈਆਂ ਨੇ, ਇੰਡੀਅਨ ਕਮਿਊਨਿਟੀ ਇਸ ਦੀ ਹਾਈਐਸਟ ਜਿਹੜਾ ਉਹਨਾਂ ਦੇ ਪਰ ਕੈਪੀਟਾ ਇਨਕਮ ਹੈਗੀ ਹੈ ਇਸ ਕੰਟਰੀ ਦੇ ਵਿੱਚ ਇਸ ਵੇਲੇ। ਅਸੀਂ ਸਰਪਾਸ ਕਰ ਗਏ ਹਾਂ ਜੂਜ਼ ਨੂੰ, ਅਸੀਂ ਸਰਪਾਸ ਕਰ ਗਏ ਹਾਂ ਫਿਲੀਪੀਨਸ ਨੂੰ, ਐਂਡ ਸਿੱਖ ਕਮਿਊਨਿਟੀ ਇਜ਼ ਡੂਇੰਗ ਵੈਰੀ ਵੈਲ। ਹਰ ਜਿਹੜਾ ਸਿੱਖ ਹੈ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੈ, ਅਸੀਂ ਬਿਜ਼ਨਸ ਬੜੇ ਵਧੀਆ ਚਲਾਉਂਦੇ ਹਾਂ, ਜਿਸ ਕਿਸੇ ਥਾਂ ਦੇ ਉੱਤੇ ਵੀ ਅਸੀਂ ਹੱਥ ਪਾਉਂਦੇ ਹਾਂ ਉਹਨੂੰ ਸੋਨਾ ਬਣਾ ਦਿੰਦੇ ਹਾਂ, ਪਰ ਇੱਕ ਜਿਹੜਾ ਕੰਮ ਦੇ ਵਿੱਚ ਅਸੀਂ ਨਹੀਂ ਸੋਨਾ ਬਣਾਇਆ ਉਹ ਸਾਡੇ ਧਰਮ ਦੇ ਪ੍ਰਚਾਰ ਨੂੰ। ਉੱਥੇ ਅਸੀਂ ਬਿਲਕੁਲ ਹੱਥ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਦਿੱਤਾ ਹੋਇਆ ਕਿਸੇ ਹੋਰ ਦੇ ਜਿੰਮੇ ਠੇਕਾ ਕਿ ਉਹ ਕਰੇ ਅਤੇ ਅਸੀਂ ਬੈਠ ਕੇ ਉਹਦਾ ਮਜ਼ਾ ਲਈਏ, ਇਹ ਨਹੀਂ ਹੋਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਜਦੋਂ ਵਾਹਿਗੁਰੂ ਦੇ ਨਾਲ ਇੱਕ ਹੋ ਗਏ ਸੀਗੇ ਤੇ ਉਹਨਾਂ ਨੂੰ ਉਹ ਵੀ ਬੈਠ ਕੇ ਸਾਦੇ ਸੀ ਕਿ ਮੈਂ ਜੀ ਹੁਣ ਤਾਂ ਮੈਨੂੰ ਤਾਂ ਲੋੜ ਹੀ ਨਹੀਂ ਹੈ ਕਿ ਮੈਂ ਤਾਂ ਬਣ ਗਿਆ ਇੱਕ ਦੇ ਨਾਲ ਵਾਹਿਗੁਰੂ ਦੇ ਨਾਲ। ਉਹਨਾਂ ਨੇ ਸ਼ਬਦ ਗਾ ਦਿੱਤਾ ਸੀ, ਹੁਣ ਤੁਹਾਡੀ ਕਾਰ ਵਿਕਾਰ ਲਾਇਆ, ਮੈਂ ਤਾਂ ਵਾਹਿਗੁਰੂ ਨਾਲ ਜੁੜ ਗਿਆ, ਮੈਨੂੰ ਕੀ ਲੋੜ ਹੈ ਹਜ਼ਾਰਾਂ ਮੀਲ ਟਰੈਵਲ ਕਰਨ ਦੀ। ਮੈਨੂੰ ਕੱਲ੍ਹ ਕਿਸੇ ਨੇ ਕਿਹਾ ਜੀ, ਕਹਿੰਦਾ ਸਾਨੂੰ ਮੀਡੀਆ ਲੋੜ ਨਹੀਂ ਹੈਗੀ ਹੈ, ਆਪਣੇ ਆਪ ਹੀ ਲੋਕਾਂ ਤੱਕ ਗੱਲ ਪਹੁੰਚ ਜਾਣੀ ਹੈ। ਮੈਂ ਕਿਹਾ ਫਿਰ ਗੁਰੂ ਨਾਨਕ ਦੇਵ ਜੀ ਨੂੰ ਟਰੈਵਲ ਕਰਨ ਦੀ ਕੀ ਲੋੜ ਸੀਗੀ,